ਟੀਬੀਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਆਓ ਦੋਸਤੋ ਸਭ ਤੋਂ ਪਹਿਲਾਂ ਜਿਹੜੀਆਂ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਖਬਰਾਂ ਵਿਚਾਰੀਆਂ ਜਾਣਗੀਆਂ ਵਿਚਾਰ ਚਰਚਾ ਕੀਤੀ ਜਾਏਗੀ ਟਿੱਪਣੀਆਂ ਕੀਤੀਆਂ ਜਾਣਗੀਆਂ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ ਆਸਟ੍ਰੇਲੀਆ ਦੀਆਂ ਸਰਹੱਦਾਂ ਅਣਮਿੱਥੇ ਸਮੇਂ ਲਈ ਰਹਿਣਗੀਆਂ ਬੰਦ ਫਲੋਰੀਡਾ ਦੇ ਮਾਲ ਵਿੱਚ ਚੱਲੀ ਗੋਲੀ ਨਿਊਯਾਰਕ ਦੇ ਟਾਈਮਸਕੁਅਰ ਵਿੱਚ ਗੋਲੀ ਚੱਲੀ ਤਿੰਨ ਜ਼ਖਮੀ ਐਡਮਿੰਟਨ ਵਿੱਚ ਹੋਈ ਪਰਿਵਾਰਕ ਲੜਾਈ ਦੀ ਪੇਂਟ ਚੜਿਆ ਇੱਕ ਪੰਜਾਬੀ ਗੱਭਰੂ ਕੇਂਦਰ ਤੇ ਸਿਸੋਦੀਆਂ ਨੇ ਵਿੰਨੇ ਨਿਸ਼ਾਨੇ ਹਰਿਆਣਾ ਦੀ ਇੱਕ ਜੇਲ੍ਹ ਵਿੱਚੋਂ 13 ਕੈਦੀ ਫਰਾਰ ਕਾਂਗਰਸ ਹਾਈ ਕਮਾਂਡ ਦਾ ਪੰਜਾਬ ਪ੍ਰਤੀ ਫੈਸਲਾਤਾ ਹੈ ਅਤੇ ਮਾਂ ਦਿਵਸ ਤੇ ਮਾਂ ਨੇ ਆਪਣੇ ਸ਼ਹੀਦ ਪੁੱਤ ਦੀ ਅਰਥੀ ਨੂੰ ਦਿੱਤਾ ਬੋਢਾ ਦੋਸਤੋ ਇਹ ਖਬਰਾਂ ਨੇ ਤੇ ਨਾਲ ਕੁਝ ਹੋਰ ਵੀ ਖਬਰਾਂ ਨੇ ਜਿਨ੍ਹਾਂ ਨੂੰ ਪ੍ਰੋਗਰਾਮ ਦੌਰਾਨ ਆਧਾਰ ਬਣਾ ਕੇ ਵਿਚਾਰ ਚਰਚਾ ਕੀਤੀ ਜਾਏਗੀ ਇਸ ਤੋਂ ਪਹਿਲਾਂ ਕਿ ਖਬਰਾਂ ਵੱਲੋਂ ਵਧੀਏ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਨਾਲ ਹੀ ਮੈਂ ਇੱਕ ਵਾਰੀ ਫਿਰ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਇਹ ਪ੍ਰੋਗਰਾਮ ਵੈਨਕੂਵਰ ਦੇ ਸਮੇਂ ਦੇ ਮੁਤਾਬਕ ਸ਼ਾਮ ਦੇ 5 ਵਜੇ ਅਤੇ ਪੰਜਾਬ ਦੇ ਵਿੱਚ ਸਵੇਰੇ 5:30 ਵਜੇ ਅਪਲੋਡ ਹੋ ਜਾਂਦਾ ਹੈ। ਕਈ ਵਾਰੀ ਕੋਈ ਸਪੈਸ਼ਲ ਰਿਪੋਰਟ, ਕੋਈ ਇੰਟਰਵਿਊ ਜਾਂ ਬ੍ਰੇਕਿੰਗ ਨਿਊਜ਼ ਸਮੇਂ-ਸਮੇਂ ਤੇ ਚੈਨਲ ਦੇ ਉੱਤੇ ਪਾਈਆਂ ਜਾਂਦੀਆਂ ਨੇ। ਪਰ ਲਾਈਵ ਪ੍ਰੋਗਰਾਮ ਦਾ ਸਮਾਂ ਰੋਜ਼ਾਨਾ ਹਫ਼ਤੇ ਦੇ 37 ਦਿਨ ਵੈਨਕੂਵਰ ਦੇ ਸਮੇਂ ਮੁਤਾਬਕ ਸਵੇਰ ਦੇ 7 ਵਜੇ ਅਤੇ ਪੰਜਾਬ ਦੇ ਸਮੇਂ ਦੇ ਮੁਤਾਬਕ ਸ਼ਾਮ ਦੇ 7:30 ਵਜੇ ਹੋਇਆ ਕਰਦਾ ਹੈ। ਤੁਸੀਂ ਰੋਜ਼ਾਨਾ ਜੁੜਿਆ ਕਰੋ ਆਪਣੇ ਕੀਮਤੀ ਸਵਾਲ ਅਤੇ ਕਮੈਂਟਸ ਲਾਈਵ ਉਸ ਪ੍ਰੋਗਰਾਮ ਦੌਰਾਨ ਕਰ ਸਕਦੇ ਹੋ ਤੇ ਆਓ ਹੁਣ ਖਬਰਾਂ ਵੱਲ ਨੂੰ ਵਧਦੇ ਹਾਂ ਆਸਟ੍ਰੇਲੀਆ ਸਰਕਾਰ ਨੇ ਸਰਹੱਦਾਂ ਬੰਦ ਕੀਤੀਆਂ ਹੋਈਆਂ ਨੇ ਕਿਉਂਕਿ ਕੋਵਿਡ-19 ਮਹਾਮਾਰੀ ਲਗਾਤਾਰ ਆਪਣਾ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ ਹੁਣ ਉੱਥੋਂ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਇਸ ਮਹਾਮਾਰੀ ਦੇ ਦੌਰਾਨ ਆਸਟ੍ਰੇਲੀਆ ਦੀਆਂ ਸਰਹੱਦਾਂ ਅਣਮਿੱਥੇ ਸਮੇਂ ਲਈ ਹਾਲੇ ਬੰਦ ਰਹਿਣਗੀਆਂ ਜਿਹੜੀ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਇੱਕ ਮੁਲਾਕਾਤ ਵਿੱਚ ਕਿਹਾ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਯਾਤਰੀਆਂ ਲਈ ਮੁਲਕ ਦੀਆਂ ਸਰਹੱਦਾਂ ਮੁੜ ਖੋਲਣ ਦੀ ਕੋਈ ਜਲਦੀ ਨਹੀਂ ਕਿਉਂਕਿ ਕੋਵਿਡ-19 ਦੁਨੀਆ ਭਰ ਦੇ ਵਿੱਚ ਇਸ ਵਕਤ ਵਧ ਰਿਹਾ ਫੁੱਲ ਰਿਹਾ ਤੇ ਫੈਲ ਰਿਹਾ ਹੈ ਮੌਰਿਸਨ ਦੇ ਮੁਤਾਬਕ ਮੈਨੂੰ ਫਿਲਹਾਲ ਸਰਹੱਦਾਂ ਖੋਲਣ ਦੀ ਕੋਈ ਜਲਦਬਾਜ਼ੀ ਨਹੀਂ ਉਹਨਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਇੱਕ ਵਾਰ ਦੇ ਕੇ ਅਸੀਂ ਇਸ ਬਿਮਾਰੀ ਭਾਵ ਕੋਵਿਡ-19 ਨੂੰ ਦੁਬਾਰਾ ਆਪਣੇ ਮੁਲਕ ਵਿੱਚ ਆਉਣ ਦੇ ਦਿੱਤਾ ਤਾਂ ਅਸੀਂ ਇਸ ਨੂੰ ਮੁੜ ਜਲਦੀ ਬਾਹਰ ਨਹੀਂ ਕੱਢ ਸਕਾਂਗੇ ਉਨਾ ਕਿਹਾ ਕਿ ਸਰਕਾਰ ਨੇ ਪਹਿਲਾਂ ਆਖਿਆ ਸੀ ਕਿ ਇੱਕ ਵਾਰ ਬਾਲਗਾਂ ਨੂੰ ਵਾਇਰਸ ਖਲਾਫ ਟੀਕਾ ਲੱਗ ਜਾਣ ਤੋਂ ਬਾਅਦ ਸਰਹੱਦਾਂ ਮੁੜ ਖੋਲ ਦਿੱਤੀਆਂ ਜਾਣਗੀਆਂ ਪਰ ਕਹਿੰਦੇ ਕੋਈ ਗਰੰਟੀ ਥੋੜੀ ਦੇ ਸਕਦਾ ਕਿ ਜੇਕਰ ਅਸੀਂ ਇੱਕ ਵਾਰੀ ਟੀਕਾਕਰਨ ਕਰ ਵੀ ਦਿੱਤਾ ਅਸੀਂ ਸਰਹੱਦਾਂ ਖੋਲ ਦਿੱਤੀਆਂ ਕਿ ਦੁਬਾਰਾ ਸਾਡੇ ਮੁਲਕ ਵਿੱਚ ਕੋਵਿਡ-19 ਮਹਾਮਾਰੀ ਨਹੀਂ ਆਵੇਗੀ ਉਹ ਕਹਿੰਦੇ ਫਿਲਹਾਲ ਸਿਰਫ ਤੇ ਸਿਰਫ ਇੱਕੋ ਇੱਕ ਹੱਲ ਹੈ ਕਿਹਦੇ ਪ੍ਰਸਾਰ ਨੂੰ ਰੋਕਿਆ ਜਾਵੇ ਪ੍ਰਸਾਰ ਨੂੰ ਰੋਕਿਆ ਜਾਵੇ ਆਵਾਜ਼ਾਂ ਹੀ ਘੱਟ ਕੀਤੀ ਜਾਵੇ ਉਹ ਕਹਿੰਦੇ ਮੈਨੂੰ ਸਭ ਤੋਂ ਪਹਿਲਾਂ ਆਸਟ੍ਰੇਲੀਆਨ ਲੋਕਾਂ ਦੀਆਂ ਜਾਨਾਂ ਬਾਕੀ ਦੇ ਕੰਬਾਸ਼ਤ ਕਹਿੰਦੇ ਇਸ ਸਥਿਤੀ ਨੂੰ ਮੈਂ ਹਰ ਕੀਮਤ ਤੇ ਬਣਾ ਕੇ ਰੱਖਣਾ ਚਾਹੁੰਦਾ ਆਸਟ੍ਰੇਲੀਆ ਦੇ ਲੋਕਾਂ ਦੀਆਂ ਜਾਨਾਂ ਮੈਂ ਹਰ ਹਿੱਲੇ ਬਚਾ ਕੇ ਰੱਖਣੀਆ ਚਾਹੁੰਦਾ ਤੇ ਦੂਸਰੇ ਪਾਸੇ ਹੁਣ ਅਮਰੀਕਾ ਵਾਲੇ ਪਾਸੇ ਆਉਨੇ ਆ ਉਥੋਂ ਦੇ ਇੱਕ ਮਾਲ ਦੇ ਵਿੱਚ ਕੱਲ ਗੋਲੀ ਚੱਲੀ ਜਾਣਕਾਰੀ ਮਿਲਿਆ ਕਿ ਸਾਊਥ ਫਲੋਰੀਡਾ ਦੇ ਇੱਕ ਮਾਲ ਦੇ ਵਿੱਚ ਦੋ ਗਰੁੱਪਾਂ ਦੇ ਵਿੱਚ ਕਰ ਝਗੜਾ ਹੋਇਆ ਝਗੜਾ ਇੰਨਾ ਵੱਧਿਆ ਗੋਲੀ ਚੱਲ ਗਈ ਗੋਲੀ ਚੱਲਣ ਦੇ ਕਾਰਨ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ ਤੇ ਇਸ ਵਿਚਾਲੇ ਵਰਜੀਨੀਆ ਦੇ ਇੱਕ ਰੈਸਟੋਰੈਂਟ ਵਿੱਚ ਇੱਕ ਵਿਅਕਤੀ ਨੇ ਦੋ ਏਸ਼ੀਆਈ ਅਮਰੀਕੀਆਂ ਦੇ ਨਾਲ ਜਿਹੜੇ ਉੱਥੇ ਕੰਮ ਕਰਦੇ ਸਨ ਨਸਲੀ ਟਿੱਪਣੀਆਂ ਕੀਤੀਆਂ ਅਤੇ ਉਹਨਾਂ ਦੇ ਵਿੱਚੋਂ ਇੱਕ ਤੇ ਹਮਲਾ ਕਰ ਦਿੱਤਾ ਪੁਲਿਸ ਉਸ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਜਾਣਕਾਰੀ ਜਿਹੜੀ ਮਿਲੀ ਹੈ ਕਿ ਫਲੋਰੀਡਾ ਦੇ ਐਵੈਂਚੂਰਾ ਮਾਲ ਦੇ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਉੱਥੋਂ ਲੋਕ ਭੱਜਦੇ ਨਜ਼ਰ ਆਏ ਪੁਲਿਸ ਨੇ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਤਿੰਨ ਲੋਕ ਜ਼ਖਮੀ ਹੋਏ ਨੇ ਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹਨਾਂ ਦੀ ਜਾਨ ਨੂੰ ਖਤਰਾ ਨਹੀਂ ਹੈ। ਪੁਲਿਸ ਨੇ ਬਾਅਦ ਵਿੱਚ ਟਵੀਟ ਕੀਤਾ ਕਿ ਕਈ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਵਿਚਾਰੇ ਆਰਲਿੰਗਟਨ ਕਾਉਂਟੀ ਪੁਲਿਸ ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈ। ਬਿਆਨ ਦੇ ਵਿੱਚ ਦੱਸਿਆ ਗਿਆ ਕਿ ਵਰਜੀਨੀਆ ਦੇ ਰੈਸਟੋਰੈਂਟ ਦੇ ਵਿੱਚ ਸ਼ੱਕੀ ਬਿੱਲ ਦਾ ਭੁਗਤਾਨ ਕੀਤੇ ਬਗੈਰ ਚਲਾ ਗਿਆ। ਜਿਸ ਤੋਂ ਬਾਅਦ ਉੱਥੇ ਦੋ ਕੰਮ ਕਰਨ ਵਾਲਿਆਂ ਨੇ ਰੈਸਟੋਰੈਂਟ ਦੇ ਬਾਹਰ ਜਾ ਕੇ ਉਸ ਨੂੰ ਰੋਕ ਲਿਆ ਉਹਨੂੰ ਬਿੱਲ ਭੁਗਤਾਨ ਕਰਨ ਵਾਸਤੇ ਆਖਿਆ ਗਿਆ ਪੁਲਿਸ ਨੇ ਦੱਸਿਆ ਕਿ ਜਦ ਸ਼ੱਕੀ ਨਾ ਰੁਕਿਆ ਤਾਂ ਇੱਕ ਕੰਮ ਕਰਨ ਵਾਲੇ ਨੇ ਉਸ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ ਉਹਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਆ ਵੀ ਹੁਣ ਇੱਕ ਆਮ ਜਿਹੀ ਪ੍ਰਚਲਨ ਹੋ ਗਿਆ ਹੈ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਤੇ ਕੋਈ ਹਮਲਾਵਰ ਹੋ ਰਿਹਾ ਹੈ ਜਾਂ ਵੈਸੇ ਹੀ ਕੱਢ ਕੇ ਉਹਦੀ ਵੀਡੀਓ ਬਣਾਉਣ ਲੱਗ ਜੰਨੇ ਆ ਕਿ ਤੇਰੀ ਵੀਡੀਓ ਬਣ ਰਹੀ ਹੈ ਅਸੀਂ ਵਾਇਰਲ ਕਰਾਂਗੇ ਇਸੇ ਤਰ੍ਹਾਂ ਉਹ ਬੰਦਾ ਵੀ ਉਹਨਾਂ ਚੋਂ ਇੱਕ ਵੀਡੀਓ ਬਣਾਉਣ ਲੱਗ ਪਿਆ ਇਸ ਤੋਂ ਬਾਅਦ ਸ਼ੱਕੀ ਨੇ ਇੱਕ ਹੋਰ ਕਰਮੀ ਨੂੰ ਧੱਕਾ ਮਾਰਿਆ ਉੱਥੋਂ ਭੱਜ ਨਿਕਲਿਆ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਨੇ ਇਹਨਾਂ ਕਰਮੀਆਂ ਦੇ ਖਿਲਾਫ ਨਸਲੀ ਟਿੱਪਣੀਆਂ ਵੀ ਕੀਤੀਆਂ ਸੀ ਅਤੇ ਸ਼ੱਕੀ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ ਤੇ ਆਹ ਦੇਖੋ ਇਸ ਕਸ਼ਮਕਸ਼ ਦੇ ਵਿੱਚ ਉੱਥੇ ਗੋਲੀ ਚੱਲ ਗਈ ਅਗਲੀ ਖਬਰ ਜਿਹੜੀ ਉਹ ਵੀ ਅਮਰੀਕਾ ਵਾਲੇ ਪਾਸਿਓਂ ਅਮਰੀਕਾ ਦੇ ਸਕੂਲਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਅਕਸਰ ਤੁਹਾਨੂੰ ਖਬਰਾਂ ਦੱਸਦੇ ਰਹਿੰਦੇ ਕਿ ਕਿਤੇ ਨੂੰ ਕਿਤੇ ਗੋਲੀ ਚੱਲ ਜਾਂਦੀ ਹੈ ਨਿਊਯਾਰਕ ਦਾ ਟਾਈਮਸ ਸਕੁਅਰ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਬਹੁਤ ਮਸ਼ਹੂਰ ਸਥਾਨ ਹੈ ਉੱਥੇ ਵੀ ਗੋਲੀ ਚੱਲੀ ਹੈ ਟਾਈਮਸ ਸਕੁਅਰ ਦੇ ਵਿੱਚ ਗੋਲੀਬਾਰੀ ਦੇ ਵਿੱਚ ਇੱਕ 4 ਸਾਲਾ ਬੱਚੀ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਨੇ ਉੱਥੋਂ ਦੇ ਪੁਲਿਸ ਅਧਿਕਾਰੀਆਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹਦੇ ਮੁਤਾਬਕ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਕਮਿਸ਼ਨਰ ਡੇ ਰਮੋਟ ਨੇ ਦੱਸਿਆ ਜਦੋਂ ਉਹ ਨਿਊਜ਼ ਬਰੀਫਿੰਗ ਕਰ ਰਹੇ ਸਨ ਕਿ ਇਹ ਘਟਨਾ ਸ਼ਨੀਵਾਰ ਦੀ ਸ਼ਾਮ ਲਗਭਗ 5:00 ਵਜੇ 45th ਸਟਰੀਟ ਪਾਪ 45th ਸਟਰੀਟ ਅਤੇ 7th ਐਵਨਿਊ ਦੇ ਨੇੜੇ ਹੋਈ। ਪੁਲਿਸ ਨੇੜੇ ਸੀ ਘਟਨਾ ਵਾਲੀ ਸਥਾਨ ਤੇ ਉਹਨਾਂ ਨੇ ਵੀ ਫਿਰ ਜਵਾਬੀ ਕਾਰਵਾਈ ਕੀਤੀ। ਪੁਲਿਸ ਨੇ ਦੱਸਿਆ ਕਿ ਇਹ ਬੱਚੀ ਆਪਣੇ ਪਰਿਵਾਰ ਦੇ ਨਾਲ ਸੀ। ਉਹਨਾਂ ਇਹ ਵੀ ਦੱਸਿਆ ਕਿ ਬੈਲੇਵਿਊ ਹਸਪਤਾਲ ਦੀ ਵਿੱਚ ਬੱਚੀ ਦੀ ਸਰਜਰੀ ਕੀਤੇ ਜਾਣ ਦੀ ਉਮੀਦ ਹੈ। ਉੱਥੇ ਨਿਊਯਾਰਕ ਫਾਇਰ ਡਿਪਾਰਟਮੈਂਟ ਦੇ ਮੁਤਾਬਕ ਰੋਡ ਆਈਲੈਂਡ ਤੋਂ ਆਈ 23 ਵਰਿਆਂ ਦੀ ਇੱਕ ਜਿਹੜੀ ਘੁੰਮਣ ਫਿਰਨ ਵਾਸਤੇ ਸਲਾਨੀ ਸੀ ਉਹਦੇ ਵੀ ਪੈਰ ਵਿੱਚ ਗੋਲੀ ਲੱਗੀ ਹੈ। ਜਦਕਿ 30 ਤੀਸਰੀ ਪੀਟ ਤੋਂ ਨਿਊ ਜਰਸੀ ਦੀ 43 ਵਰਿਆਂ ਦੀ ਇੱਕ ਮਹਿਲਾ ਦੱਸੀ ਜਾ ਰਹੀ ਹੈ ਉਹਨਾਂ ਨੂੰ ਬੈਲੇਵਿਊ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਅਤੇ ਇਸ ਵਕਤ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਹੈ ਸੋ ਕਹਿਣ ਦਾ ਭਾਵ ਜਦੋਂ ਗੋਲੀ ਚੱਲਦੀ ਹੈ ਨਾ ਤਾਂ ਉਹਦੇ ਤੇ ਕਿਸੇ ਦਾ ਨਾਮ ਲਿਖਿਆ ਹੁੰਦਾ ਹੈ ਨਾ ਉਹਨੇ ਉਮਰ ਦੇਖਣੀ ਹੈ ਨਾ ਉਹਨੇ ਚਮੜੀ ਦੇਖਣੀ ਹੈ ਹੁਣ ਇੱਕ 4 ਵਰਿਆਂ ਦੀ ਬੱਚੀ ਉਹਦਾ ਕੀ ਕਸੂਰ ਹੋਣਾ ਹੈ ਅਗਲੀ ਜਿਹੜੀ ਖਬਰ ਹੈ ਇਹ ਸਾਡੇ ਆਪਣੇ ਮੁਲਕ ਕੈਨੇਡਾ ਦੀ ਹੈ ਕੈਨੇਡਾ ਦਾ ਸੂਬਾ ਅਲਬਰਟਾ ਅਲਬਰਟਾ ਦਾ ਸ਼ਹਿਰ ਐਡਮਿੰਟਨ ਉੱਥੋਂ ਦੀ ਰਾਜਤਾਨੀ ਹੈ ਅਲਬਰਟਾ ਦੀ ਉੱਥੇ ਇੱਕ ਪੰਜਾਬੀ ਪਰਿਵਾਰ ਦਾ ਝਗੜਾ ਹੋਇਆ ਅਤੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਜਿਹੜਾ ਇਸ ਪਰਿਵਾਰ ਦਾ ਰਿਸ਼ਤੇਦਾਰ ਸੀ ਲਗਭਗ 19 ਕੁ ਵਰਿਆਂ ਦਾ ਸੀ ਉਹ ਇਸ ਲੜਾਈ ਦੀ ਭੇਂਟ ਚੜ ਗਿਆ ਅਮੀਰਾਂ ਦਾ ਇਲਾਕਾ ਹੈ ਸ਼ੇਰਵੁੱਡ ਪਾਰਕ ਐਡਮਿੰਟਨ ਵਿੱਚ ਸ਼ੇਰਵੁੱਡ ਪਾਰਕ ਵਿੱਚ ਬੀਤੇ ਸ਼ੁੱਕਰਵਾਰ ਨੂੰ ਜਾਣਕਾਰੀ ਮਿਲੀ ਕਿ ਇੱਕ ਪਰਿਵਾਰਕ ਝਗੜਾ ਹੋਇਆ ਗੋਲੀ ਚੱਲ ਗਈ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਪਠੜਾਂ ਦਾ ਰਹਿਣ ਵਾਲਾ ਇੱਕ ਮੁੱਛ ਫੁੱਟ ਗੱਭਰੂ ਜਿਸ ਦੀ ਉਮਰ ਲਗਭਗ 19 ਵਰੇ ਹਰਮਨ ਜੋਤ ਸਿੰਘ ਇਸ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ ਜਾਣਕਾਰੀ ਮਿਲੀ ਕਿ ਪੰਜਾਬੀ ਜੋੜਾ ਲੜ ਰਿਹਾ ਸੀ ਤੇ ਉਹਨਾਂ ਦੀ ਲੜਾਈ ਦਾ ਖਮਿਆਜ਼ਾ ਇਸ ਨੌਜਵਾਨ ਨੂੰ ਪੁਗਤਣਾ ਪਿਆ ਗੋਲੀ ਕਾਰਨ ਉਸ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਹਰਮਨ ਜੋਤ ਨੇ ਆਪਣੀ 마ਸੀ ਮਾਸੜ ਦੀ ਲੜਾਈ ਦੇ ਵਿੱਚ 마ਸੀ ਦਾ ਪੱਖ ਲੈ ਲਿਆ ਐਡਮਿੰਟਨ ਦੇ ਰਹਿਣ ਵਾਲੇ ਗਮਦੂਰ ਸਿੰਘ ਬਰਾੜ ਜਿਨ੍ਹਾਂ ਦੀ ਉਮਰ ਲਗਭਗ 43 ਬਰੇ ਦੱਸੀ ਜਾ ਰਹੀ ਹੈ ਆਪਣੀ ਪਤਨੀ ਨਾਲ ਝਗੜ ਰਿਹਾ ਸੀ। ਇਸੇ ਹੀ ਸਿਲਸਲੇ ਵਿੱਚ ਗਮਦੂਰ ਬਰਾੜ ਦੀ ਪਤਨੀ ਪਾਹ ਭਾਣ ਜਾ ਸੀ। ਰਿਸ਼ਤੇਦਾਰ ਹਰਮਨ ਜੋਤ ਉਹਨੇ ਫੋਨ ਕਰ ਲਿਆ ਕਿ ਆ ਮਦਦ ਕਰ। ਪਰ ਬਾਅਦ ਵਿੱਚ ਗਮਦੂਰ ਬਰਾੜ ਗੁੱਸੇ ਵਿੱਚ ਇਨਾਕ ਸੀ ਉਹਨੇ ਗੋਲੀ ਚਲਾ ਦਿੱਤੀ ਅਤੇ ਗੋਲੀ ਹਰਮਨ ਜੋਤ ਦੇ ਜਾ ਵੱਜੀ। ਗਮਦੂਰ ਬਰਾੜ ਦੀ ਪਤਨੀ ਵੀ ਇਸ ਗੋਲੀਬਾਰੀ ਵਿੱਚ ਜ਼ਖਮੀ ਹੋਈ ਹੈ। ਪਰ ਹਰਮਨ ਜੋਤ ਮੌਤ ਦੇ ਮੂੰਹ ਵਿੱਚ ਜਾ ਪਿਆ ਹਰਮਨ ਜੋਤ ਸਿੰਘ ਪਤਾ ਲੱਗਿਆ ਕਿ ਡੇਢ ਕੁ ਸਾਲ ਪਹਿਲਾਂ ਇੰਟਰਨੈਸ਼ਨਲ ਸਟੂਡੈਂਟ ਭਾ ਪੜ੍ਹਾਈ ਦੇ ਤੌਰ ਤੇ ਕੈਨੇਡਾ ਦੇ ਵਿੱਚ ਸੁਨਹਿਰੀ ਸੁਪਨੇ ਲੈ ਕੇ ਆਇਆ ਹੋਣਾ ਤੇ ਹੁਣ ਇੱਕ ਮੁੱਛ ਫੁੱਟ ਗੱਭਰੂ ਜਿਹਨੂੰ ਪਰਿਵਾਰ ਨੇ ਇੱਕ ਬਿਹਤਰ ਜ਼ਿੰਦਗੀ ਜਿਉਣ ਦੇ ਵਾਸਤੇ ਕੈਨੇਡਾ ਵਿੱਚ ਭੇਜਿਆ ਸੀ ਲੱਖਾਂ ਰੁਪਏ ਦਾ ਖਰਚ ਵੀ ਕੀਤਾ ਹੋਣਾ ਪਰ ਉਹਨਾਂ ਦੇ ਸੁਪਨੇ ਸਾਰੇ ਚੂਰ-ਚੂਰ ਹੋ ਗਏ ਆ ਜਾਣਕਾਰੀ ਮਿਲੀ ਆ ਕਿ ਦੋਸ਼ੀ ਗਮਦੂਰ ਸਿੰਘ ਬਰਾੜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਇਹ ਵੀ ਪਤਾ ਲੱਗਿਆ ਕਿ ਹਮਲਾਵਰ ਐਡਮਿੰਟਨ ਦੇ ਵਿੱਚ ਇੱਕ ਫਿਊਨਰਲ ਹੋਮ ਦਾ ਮਾਲਕ ਵੀ ਹੈ ਭਾਵੇਂ ਕੁਝ ਵੀ ਹੋਵੇ ਪਰ ਜਿਨ੍ਹਾਂ ਦਾ ਗੱਭਰੂ ਜਵਾਨ ਪੁੱਤ 19 ਵਰਿਆਂ ਦਾ ਇਸ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ ਉਹਨੇ ਦੁਨੀਆ ਤੇ ਕਦੀ ਵਾਪਸ ਨਹੀਂ ਆਉਣਾ ਗੁੱਸੇ ਤੇ ਕਾਬੂ ਰੱਖੀਏ ਕਸੂਰ ਸਿਰਫ ਇਹ ਕਿ ਪਰਿਵਾਰਕ ਝਗੜੇ ਦੇ ਵਿੱਚ ਉਹਨੇ ਮਾਸੀ ਦਾ ਪੱਕਾ ਪੂਰ ਲਿਆ ਤੇ ਪਰ ਆਪਣੇ ਆਪ ਦੇ ਵਿੱਚ ਇਹ ਮੰਦਭਾਗੀਆਂ ਘਟਨਾਵਾਂ ਨੇ ਖਾਸ ਕਰਕੇ ਆਗਾ ਵਦੂ ਸਮਾਜ ਦੇ ਵਿੱਚ ਦੋ ਗੋਲੀਵਰੀ ਦੀਆਂ ਘਟਨਾਵਾਂ ਦਾ ਜ਼ਿਕਰ ਮੈਂ ਅਮਰੀਕਾ ਵਾਲੇ ਪਾਸਿਓ ਕੀਤਾ ਹੈ। ਸ਼ਾਂਤ ਪਸੰਦ ਮੁਲਕ ਗਿਣਿਆ ਜਾਂਦਾ ਕੈਨੇਡਾ। ਕੈਨੇਡਾ ਦੇ ਵਿੱਚ ਵੀ ਹੁਣ ਗਾਹੀ ਵਗਾਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੋ ਰਹਤਾਰਾ ਹੁੰਦੀਆਂ ਜਾ ਰਹੀਆਂ ਨੇ ਜੋ ਕਿ ਅਤ ਨਿੰਦਣਯੋਗ ਨੇ ਇਨ੍ਹਾਂ ਪਰਿਵਾਰਾਂ ਦੇ ਨਾਲ ਹਮਦਰਦੀ ਹੈ। ਅਗਲੀ ਖਬਰ ਤੁਹਾਨੂੰ ਭਾਰਤ ਵਾਲੇ ਪਾਸੇ ਲੈ ਕੇ ਚਲਦੇ ਹਾਂ। ਕੇਂਦਰ ਸਰਕਾਰ ਨੇ ਬੀਤੇ ਦਿਨੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ 93 94 ਮੁਲਕ ਨੇ ਜਿਨ੍ਹਾਂ ਨੂੰ ਟੀਕਾ ਦਿੱਤਾ ਤੇ ਉਹਨਾਂ ਦੇ ਵਿੱਚੋਂ ਕੋਵਿਡ ਦਾ ਟੀਕਾ ਕਈਆਂ ਨੂੰ ਗ੍ਰਾਂਟ ਵਜੋਂ ਦੇ ਦਿੱਤਾ। ਇਸੇ ਚੀਜ਼ ਨੂੰ ਲੈ ਕੇ ਨਿਸ਼ਾਨੇ ਵਿੰਨੇ ਗਏ ਆ ਮਨੀਸ਼ ਸਿਸੋਦੀਆ ਦੇ ਵੱਲੋਂ। ਦਿੱਲੀ ਦੇ ਉਪ ਮੁੱਖ ਮੰਤਰੀ ਨੇ ਸਿਸੋਦੀਆ ਉਹਨਾਂ ਨੇ ਇਹਨਾਂ ਟੀਕਿਆਂ ਨੂੰ ਲੈ ਕੇ ਟੀਕੇ ਨਿਰਯਾਤ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨੇ ਵਿੰਨੇ। ਸਿਸੋਦੀਆ ਨੇ ਕਿਹਾ ਕਿ ਜੇਕਰ ਆਪਣੇ ਮੁਲਕ ਦੇ ਲੋਕਾਂ ਨੂੰ ਪਹਿਲਾਂ ਟੀਕੇ ਲਗਾਏ ਜਾਂਦੇ ਤਾਂ ਵੱਡੀ ਗਣਤੀ ਵਿੱਚ ਅੱਜ ਇਹ ਲੋਕ ਬਚਾਏ ਜਾ ਸਕਦੇ ਸੀ। ਇੱਕ ਆਨਲਾਈਨ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਇਹ ਦੋਸ਼ ਲਗਾਏ ਨੇ ਉਹ ਕਹਿੰਦੇ ਜਦੋਂ ਆਪਣੇ ਮੁਲਕ ਦੇ ਲੋਕ ਮਰ ਰਹੇ ਹੋਣ ਉਸ ਸਮੇਂ ਕੇਂਦਰ ਨੇ ਸਿਰਫ ਆਪਣਾ ਆਨ ਬਿਹਾਸ ਬੜੇ ਚੰਗੀਆਂ ਸੀ ਬੜੇ ਚੰਗੀਆਂ ਸੀ ਦਾਨੀ ਪੁਰਸ਼ਾਂ ਸੀ ਲੋਹ ਪੁਰਸ਼ਾਂ ਲੋਕਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਆਪਣੀ ਸ਼ੋਭੀ ਸੁਧਾਰਨ ਦੇ ਵਾਸਤੇ ਕਿ ਅਸੀਂ ਦਾਨੀ ਪੁਰਸ਼ਾਂ ਇਹ ਦੱਸਣ ਦੇ ਵਾਸਤੇ ਬਾਹਰਲੇ ਮੁਲਕਾਂ ਨੂੰ ਢੀਕੇ ਤੜਾ ਤੜ ਭੇਜੇ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਕਹਿੰਦੇ ਇੱਕ ਭਿਆਨਕ ਅਪਰਾਧ ਹੈ ਉਹਨਾਂ ਨੇ ਇੱਕ ਅਖਬਾਰ ਦੀ ਰਿਪੋਰਟ ਦਾ ਹਵਾਲਾ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਕੇਂਦਰ ਨੇ 93 ਦੇਸ਼ਾਂ ਨੂੰ ਕੋਵਿਡ-19 ਦੇ ਟੀਕੇ ਵੈਕਸੀਨ ਵਿਕਰੀ ਕੀਤੀ ਜਿਨ੍ਹਾਂ ਵਿੱਚੋਂ 60% ਦੇ ਵਿੱਚ ਇਨਫੈਕਸ਼ਨ ਕੰਟਰੋਲ ਸੀ ਅਤੇ ਵਾਇਰਸ ਕਾਰਨ ਲੋਕਾਂ ਨੂੰ ਉੱਥੇ ਜਾਨ ਦਾ ਖਤਰਾ ਬਿਲਕੁਲ ਨਹੀਂ ਸੀ ਸਸੋਦੀਆ ਨੇ ਕਿਹਾ ਕਿ ਕਰੋਨਾ ਵਾਇਰਸ ਇਨਫੈਕਸ਼ਨ ਦੂਸਰੀ ਲਹਿਰ ਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜੀ ਇਸ ਵਕਤ ਮਾਰੂ ਸਾਫਤ ਹੋ ਰਹੀ ਹੈ ਤੇ ਲੋਕਾਂ ਦੀ ਜਾਨ ਜਾ ਰਹੀ ਹੈ ਉਹਨਾਂ ਵਿੱਚ ਨੌਜਵਾਨ ਭਾਈਚਾਰਾ ਵੱਡੀ ਗਿਣਤੀ ਵਿੱਚ ਹੈ ਉਹਨਾਂ ਕਿਹਾ ਕਿ ਜੇਕਰ ਟੀਕੇ ਦਾ ਨਰਜਾਤ ਕਰਨ ਦੀ بجائے ਇਹਨਾਂ ਲੋਕਾਂ ਨੂੰ ਟੀਕੇ ਸਮੇਂ ਸਿਰ ਲਾਇਏ ਹੁੰਦੇ ਤਾਂ ਇਹਨਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ ਉਹਨਾਂ ਕਿਹਾ ਕਿ ਕੇਂਦਰ ਨੂੰ ਹੁਣ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਭਾਰਤ ਵਿੱਚ ਬਣੇ ਟੀਕੇ ਜਿਸ ਦੀ ਅਸੀਂ ਇਸ ਵਕਤ ਕਮੀ ਦਾ ਸਾਹਮਣਾ ਕਰ ਰਹੇ ਹਾਂ ਹਰ ਇੱਕ ਸੂਬੇ ਨੂੰ ਜਿੰਨੀ ਲੋੜ ਆ ਉਪਲਬਧ ਕਰਵਾਏ ਜਾਣ ਬਾਹਰਦਾਨੀ ਪੁਰਸ਼ ਬਣਨ ਦੀ ਇਸ ਵਕਤ ਜ਼ਰੂਰਤ ਨਹੀਂ ਉਹਨਾਂ ਨੇ ਕਈ ਮੁਲਕਾਂ ਦਾ ਹਵਾਲਾ ਵੀ ਦਿੱਤਾ ਕਿ ਜਿਸ ਤਰ੍ਹਾਂ ਕੈਨੇਡਾ ਨੇ ਪਹਿਲਾਂ ਆਪਣੇ ਮੁਲਕ ਨੂੰ ਅਮਰੀਕਾ ਨੇ ਪਹਿਲਾਂ ਆਪਣੇ ਮੁਲਕ ਨੂੰ ਪਰ ਜੇਕਰ ਵਾਧੂ ਚੀਜ਼ ਹੈ ਤਾਂ ਬਾਹਰਲੇ ਮੁਲਕਾਂ ਨੂੰ ਵੀ ਦਿਓ। ਉਹਨਾਂ ਨੇ ਆਖਿਆ ਕਿ ਜੇਕਰ ਟੀਕਿਆਂ ਦੀ ਸਾਨੂੰ ਜਰੂਰਤ ਸੀ ਤਾਂ ਪਹਿਲਾਂ ਆਪਣੇ ਲਗਵਾਏ ਜਾਂਦੇ ਵਾਧੂ ਪ੍ਰੋਡਕਸ਼ਨ ਕਰਕੇ ਬਾਹਰ ਮੁਲਕਾਂ ਨੂੰ ਵੀ ਭੇਜੇ ਜਾਂਦੇ। ਪਰ ਉਹਨਾਂ ਦਾ ਇਹ ਨਿਸ਼ਾਨਾ ਵਰਣਾ ਨਜ਼ਾਇਜ਼ ਨਹੀਂ ਇਸ ਵਕਤ ਜਾਇਜ਼ ਹੈ। ਹੁਣ ਕੋਵਿਡ ਫੈਲ ਵੀ ਰਿਹਾ ਹੈ। ਪਿੰਡਾਂ ਤੱਕ ਇਸ ਨੇ ਪਹੁੰਚ ਕਰ ਲਈ ਤੇ ਮਾਰੂ ਸਾਫਤ ਹੋ ਰਿਹਾ ਹੈ। ਅਸੇ ਕਰਕੇ ਕੁਝ ਇੱਕ ਕੈਦੀ ਸਨ ਜਿਨ੍ਹਾਂ ਨੂੰ ਇੱਕ ਜੇਲ੍ਹ ਵਿੱਚ ਭਰਤੀ ਕਰ ਦਿੱਤਾ ਖਬਰ ਮਿਲਿਆ ਹਰਿਆਣੇ ਤੋਂ ਹਰਿਆਣਾ ਦੇ ਰਿਵਾੜੀ ਦੇ ਵਿੱਚ ਇੱਕ ਕੋਵਿਡ ਜੇਲ੍ਹ ਬਣਾਈ ਗਈ ਜਿੱਥੋਂ ਸ਼ਨੀਵਾਰ ਦੀ ਰਾਤ 13 ਕੈਦੀ ਫਰਰ ਹੋ ਗਏ ਫਰਾਰ ਹੋ ਗਏ ਪਤਾ ਲੱਗਿਆ ਕਿ ਕੈਦੀ ਬੈਰਕ ਦੀ ਗ੍ਰਿਲ ਕੱਟ ਕੇ ਚਾਦਰਾਂ ਦੀ ਰੱਸੀ ਸਹਾਰੇ ਕੰਧ ਟੱਪੇ ਸ਼ਾਇਦ ਤੁਹਾਨੂੰ ਯਾਦ ਹੋਵੇ ਬੀਤੇ ਦਿਨੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਤਿੰਨ ਕੈਦੀ ਫਰਾਰ ਹੋਈ ਸੀ ਖਬਰ ਮਿਲੀ ਸੀ ਕਿ ਉਹਨਾਂ ਦੇ ਵਿੱਚੋਂ ਇੱਕ ਕੈਦੀ ਗ੍ਰਿਫਤਾਰ ਕਰ ਲਿਆ ਗਿਆ। ਉਹਨੇ ਵੀ ਦੱਸਿਆ ਸੀ ਕਿ ਚਾਦਰਾਂ ਦੀ ਰੱਸੀ ਬਣਾ ਕੇ ਸੀ ਕੰਦ ਟੱਪਿਆ। ਕੰਦ ਨਹੀਂ ਸਗੋ ਕੰਦਾਂ ਟੱਪਿਆ ਇੱਕ 12 ਫੁੱਟ ਉੱਚੀ ਸੀ। ਇੱਕ 18 ਫੁੱਟ ਉੱਚੀ ਸੀ। ਸ਼ਾਇਦ ਉਸ ਖਬਰ ਤੋਂ ਬਾਅਦ ਹੀ ਇਹਨਾਂ ਨੇ ਦੇਖਿਆ ਹੋਣਾ ਕਿ ਇਹ ਚਾਦਰਾਂ ਦੀ ਰੱਸੀ ਬਣਾਈ ਜਾ ਸਕਦੀ ਹੈ ਤੇ ਇਹਦੇ ਸਹਾਰੇ ਕੰਦਾਂ ਟੱਪੀਆਂ ਜਾ ਸਕਦੀਆਂ ਨੇ। ਲਗਭਗ ਉਹੀ ਸੀਨ ਹੈ। ਚਾਦਰਾਂ ਦੀ ਰੱਸੀ ਬਣਾ ਕੇ ਇੱਕ ਕੰਦਾਂ ਟੱਪ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਕੈਦੀ ਕੋਵਿਡ ਤੋਂ ਪੋਜ਼ੀਟਿਵ ਸਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮਹਿਕਮੇ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਸੀ ਸਾਰੇ ਫਰਾਰ ਹੋਏ ਕੈਦੀਆਂ ਤੇ ਗੰਬੀਰਤਾ ਧਰਾਵਾਂ ਵੀ ਲੱਗੀਆਂ ਹੋਈਆਂ ਸਨ ਇਸ ਸਬੰਧ ਵਿੱਚ ਪਤਾ ਲੱਗਿਆ ਕਿ ਪੁਲਿਸ ਜਾਂਚ ਵਿੱਚ जुट ਗਈ ਹੈ ਫਰਾਰ 13 ਕੈਦੀਆਂ ਦੀ ਪੁਲਿਸ ਮਹਿਕਮੇ ਨੇ ਤਸਵੀਰ ਵੀ ਦਿੱਤੀ ਹੈ ਤਸਵੀਰਾਂ ਜਾਰੀ ਕਰ ਦਿੱਤੀਆਂ ਨੇ ਜਾਣਕਾਰੀ ਮੁਤਾਬਕ ਕਰੋਨਾ ਦੇ ਵੱਧੇ ਮਾਮਲਿਆਂ ਨੂੰ ਵੇਖਦੇ ਹੋਏ ਫਦੇੜੀ ਜੇਲ੍ਹ ਨੂੰ ਇੱਕ ਹਫ਼ਤਾ ਪਹਿਲਾਂ ਹੀ ਹਰਿਆਣਾ ਦੀ ਕੋਵਿਡ ਜੇਲ੍ਹ ਬਣਾ ਦਿੱਤਾ ਗਿਆ ਸੀ ਤੇ ਇਸ ਜੇਲ੍ਹ ਵਿੱਚ ਹਰਿਆਣਾ ਦੀਆਂ ਜੇਲਾਂ ਤੋਂ ਸ਼ਿਫਟ ਕਰਕੇ ਲਗਭਗ 450 ਜਿਹੜੇ ਕਰੋਨਾ ਤੋਂ ਪੋਜ਼ਿਟਿਵ ਕੈਦੀ ਸੀ ਉਹਨਾਂ ਨੂੰ ਰੱਖਿਆ ਹੋਇਆ ਸੀ ਤੇ ਸ਼ਨੀਵਾਰ ਦੀ ਰਾਤ ਇਹ ਇੱਕੋ ਹੀ ਬਾਰਕ ਦੇ 13 ਕੈਦੀ ਸਨ ਜਿਨ੍ਹਾਂ ਨੇ ਗ੍ਰਿਲ ਕੱਟੀ ਚਾਦਰ ਦੀ ਰੱਸੀ ਬਣਾਈ ਅਤੇ ਜੇਲ੍ਹ ਦੀ ਕੰਧ ਟੱਪ ਕੇ ਫਰਾਰ ਹੋ ਗਏ ਜਦੋਂ ਸਵੇਰ ਵਕਤ ਕੈਦੀਆਂ ਦੀ ਗਿਣਤੀ ਕਰਨ ਲੱਗੇ ਤਾਂ ਪਤਾ ਲੱਗਿਆ ਕਿ ਰਾਤ ਨੂੰ 13 ਕੈਦੀ ਫਰਾਰ ਹੋ ਚੁੱਕੇ ਨੇ ਇਹਦੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਹਫੜਾ ਦਫੜੀ ਸੀ ਅਤੇ ਤਲਾਸ਼ ਜਾਰੀ ਹੈ ਹਾਰੇ ਤੱਕ 13 ਦੇ 13 ਕੈਦ ਦੀ ਲਭੇ ਨਹੀਂ ਗਏ ਅਗਲੀ ਖਬਰ ਪੰਜਾਬ ਦੀ ਰਾਜਨੀਤੀ ਵਾਸਤੇ ਬਹੁਤ ਵੱਡੀ ਖਬਰ ਹੈ ਜਾਣਕਾਰੀ ਮਿਲ ਰਹੀ ਹੈ ਕਿ ਕਾਂਗਰਸ ਹਾਈ ਕਮਾਂਡ ਪੰਜਾਬ ਪ੍ਰਤੀ ਫੈਸਲਾ ਜਲਦ ਕਰੇਗੀ ਅਤੇ ਪੰਜਾਬ ਦੀ ਅਗਲੀ ਰਾਜਨੀਤੀ ਦੀ ਦਿਸ਼ਾ ਤੈਅ ਕਰ ਦੇਵੇਗੀ ਕਾਂਗਰਸੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਜਾਣਕਾਰੀ ਦੇ ਮੁਤਾਬਕ ਰਾਹੁਲ ਗਾਂਧੀ ਪੰਜਾਬ ਦੀ ਰਾਜਨੀਤੂ بڑے ਨੇੜਿਓਂ ਵੇਖ ਰਹੀ ਹੈ ਅਤੇ ਉਹਨਾਂ ਦੀ ਟੀਮ ਜ਼ਮੀਨੀ ਪੱਧਰ ਤੇ ਸਥਿਤੀ ਦਾ ਜਾਇਜ਼ਾ ਵੀ ਲੈ ਰਹੀ ਹੈ। ਆਪ ਪੰਚਕੂਲਾ ਦੇ ਵਿੱਚ ਜਾਂ ਮੋਹਾਲੀ ਦੇ ਵਿੱਚ ਜਿਹੜੀਆਂ ਬੀਤੇ ਦਿਨੀ ਮੀਟਿੰਗਾਂ ਹੋਈਆਂ ਸੀ ਪਤਾ ਲੱਗਿਆ ਸੀ ਕਿ 25-30 ਤਾਂ ਮੌਜੂਦਾ ਵਿਧਾਇਕ ਨੇ। ਉਹਨਾਂ ਵਿੱਚ ਦੋ ਕੈਬਨਿਟ ਮੰਤਰੀ ਸੀ, ਕੁਝ ਸਾਬਕਾ ਵਿਧਾਇਕ ਸਨ ਤੇ ਕੁਝ ਸਾਬਕਾ ਹੋਰ ਕਾਂਗਰਸ ਨਾਲ ਸੰਬੰਧਿਤ ਲੀਡਰ ਸਨ। ਜਿਹੜੇ ਨਵਜੋਸ਼ ਸਿੰਘ ਸਿੱਧੂ ਨੂੰ ਮਿਲੇ ਸਨ ਇਹ ਪਤਾ ਲੱਗਿਆ ਹੈ। ਕਿ ਕਾਂਗਰਸ ਹਾਈ ਕਮਾਂਡ ਦੇ ਥਾਪੜੇ ਜਾਂ ਇਸ਼ਾਰੇ ਤੋਂ ਬਗੈਰ ਇਹ ਮੀਟਿੰਗਾਂ ਨਹੀਂ ਹੋਈਆਂ ਕਾਂਗਰਸ ਹਾਈ ਕਮਾਂਡ ਪਤਾ ਲੱਗ ਰਿਹਾ ਹੈ ਕਿ ਪੰਜਾਬ ਪ੍ਰਤੀ ਪੰਜਾਬ ਕਾਂਗਰਸ ਤੇ ਪ੍ਰਤੀ ਜਲਦੀ ਫੈਸਲਾ ਲੈ ਸਕਦੀ ਹੈ ਜਿਸ ਤੇ ਸੰਕੇਤ ਦਿੱਤੇ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਥਾਪੜਾ ਦਿੱਤਾ ਹੈ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਵੱਖ-ਵੱਖ ਫਾਰਮੂਲਿਆਂ ਤੇ ਇਸ ਵਕਤ ਵਿਚਾਰ ਚਰਚਾ ਕਿਉਂਕਿ ਉਹ ਪੰਜਾਬ ਨੂੰ ਛੱਡਣਾ ਨਹੀਂ ਚਾਹੁੰਦੇ ਕਿਉਂਕਿ ਬਹੁਤੇ ਸੂਬਿਆਂ ਦੇ ਵਿੱਚੋਂ ਕਾਂਗਰਸ ਦਾ ਬਿਸਤਰਾ ਗੋਲ ਹੈ ਪੰਜਾਬ ਉਹਨਾਂ ਨੂੰ ਲੱਗਦਾ ਕਿ ਜਿੱਥੇ ਸਾਡੀ ਪਕੜ ਮਜ਼ਬੂਤ ਹੈ ਫਿਰ ਛੱਡੀਏ ਕਿਉਂ ਪਤਾ ਲੱਗਿਆ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਲਤ ਲੀਡਰ ਚਰਨਜੀਤ ਸਿੰਘ ਚੰਨੀ ਹਵਾਲੇ ਕੀਤੀ ਜਾ ਸਕਦੀ ਹੈ ਡਿਪਟੀ ਸੀਐਮ ਦਾ ਅਹੁਦਾ ਨਵਜੋਤ ਸਿੰਘ ਸਿੱਧੂ ਨੂੰ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਫਾਰਮੂਲੇ ਕਈ ਹੈ ਜਿਸ ਤਰ੍ਹਾਂ ਸ਼ਾਇਦ ਤੁਹਾਨੂੰ ਯਾਦ ਹੋਵੇ ਇੱਕ ਵਾਰ ਹਰਿਆਣਾ ਦੇ ਵਿੱਚ ਚੌਧਰੀ ਭਜਨ ਲਾਲ ਦੀ ਅਗਵਾਈ ਵਿੱਚ ਚੋਣਾਂ ਲੜੀਆਂ ਗਈਆਂ ਬਾਦ ਦੇ ਵਿੱਚ ਮੁੱਖ ਮੰਤਰੀ ਚੌਧਰੀ ਭੁਪਿੰਦਰ ਹੁੱਡਾ ਨੂੰ ਬਣਾ ਦਿੱਤਾ ਗਿਆ ਇਸ ਕੰਮ ਨੂੰ ਨੇਪਰੇ ਚਾੜ੍ਹ ਲਈ ਪੰਜਾਬ ਕਾਂਗਰਸ ਦੇ ਪੁਰਾਣੇ ਇੰਚਾਰਜ ਜਿਨ੍ਹਾਂ ਵਿੱਚ ਆਸ਼ਾ ਕੁਮਾਰੀ ਹੈ ਜਿਨ੍ਹਾਂ ਵਿੱਚ ਹਰੀਸ਼ ਚੌਧਰੀ ਹੈ ਉਹਨਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਨੇ ਸੀਨੀਅਰ ਮੰਤਰੀਆਂ ਦੇ ਵਿੱਚ ਨੇ ਸੁਖਜਿੰਦਰ ਸਿੰਘ ਰੰਧਾਵਾ ਪਤਾ ਲੱਗਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਆਪਣੀਆਂ ਕੁਝ ਖਾਹਿਸ਼ਾਂ ਨੇ ਸ਼ਾਇਦ ਉਹ ਇਸ ਵਕਤ ਪ੍ਰਧਾਨ ਬਣਨਾ ਚਾਹੁੰਦੇ ਹੁਣ ਕਾਂਗਰਸ ਦਾ ਪਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਿਸਾਨ ਭਾਈਚਾਰਾ ਜਿਹਨੂੰ ਆਮ ਤੌਰ ਤੇ ਆਪਾਂ ਜੱਟ ਕਹਿੰਦੇ ਆ ਪਤਾ ਲੱਗਿਆ ਕਿ ਦੋਵੇਂ ਪ੍ਰਮੁੱਖ ਉਹਦੇ ਜੱਟ ਭਾਈਚਾਰੇ ਨੂੰ ਦੇਣਾ ਇਸ ਵਕਤ ਹਾਈ ਕਮਾਂਡ ਨੂੰ ਮੁਸ਼ਕਲ ਲੱਗ ਰਿਹਾ ਹੈ ਕੁਝ ਸੀਨੀਅਰ ਮੰਤਰੀ ਸ਼ਾਇਦ ਇਸ ਦਾ ਆਪਣੇ ਭਰੋਸੇ ਵਿੱਚ ਲੈ ਕੇ ਦਾਅ ਵੀ ਲਾਉਣ ਦੇ ਮੂਡ ਵਿੱਚ ਨਹੀਂ ਕਿਉਂਕਿ ਪਾਰਟੀ ਹਾਈ ਕਮਾਂਡ ਨੂੰ ਭਰੋਸੇ ਵਿੱਚ ਲੈ ਕੇ ਦੋਵਾਂ ਧੜਿਆਂ ਨੂੰ ਨਾਲ ਲੈ ਕੇ ਕਿਸੇ ਸਾਂਝੇ ਰਾਹ ਤੇ ਵਿਚਾਰ ਕੀਤਾ ਜਾ ਸਕਦਾ ਹੈ ਇਸ ਕਰਕੇ ਕੁਝ ਨਵੇਂ ਦਾਅ ਵੀ ਲੱਗ ਸਕਦਾ ਹੈ ਕਾਂਗਰਸ ਹਾਈ ਕਮਾਂਡ ਵਿੱਚ ਕੈਪਟਨ ਦੇ ਨਜ਼ਦੀਕੀਆਂ ਦੀ ਗਿਣਤੀ ਲਗਾਤਾਰ ਘਟੀ ਹੈ। ਸ਼ਾਇਦ ਇਸੇ ਕਰਕੇ ਜਿਹੜੇ ਬਾਗੀ ਸੁਰਾਂ ਵਾਲੇ ਨੇ ਉਹ ਕੈਪਟਨ ਤੇ ਭਾਰੂ ਪੈਂਦੇ ਜਾ ਰਹੇ ਐ। ਲਗਾਤਾਰ ਦਬਾਅ ਵਧ ਰਿਹਾ ਹੈ। ਕਿਉਂਕਿ ਰਾਜ ਘਰਾਣੇ ਵਿੱਚ ਜੋਤਿਸ਼ ਰਾਜ ਸਿੰਧੀਆ, ਨਟਵਰ ਸਿੰਘ ਇਹ ਪਹਿਲਾਂ ਕਾਂਗਰਸ ਤੋਂ ਦੂਰ ਹੋ ਚੁੱਕੇ ਐ। ਦਿਗਵਜੇ ਸਿੰਘ ਮੱਧ ਪ੍ਰਦੇਸ਼ ਦੇ ਵਿੱਚ ਪਹਿਲਾਂ ਹੀ ਹਾਸ਼ੀਏਤ ਐ। ਕਹਿਣ ਦਾ ਭਾਵ ਆ ਸਾਰੇ ਨਾਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਹੁੰਦੇ ਸੀ। ਪਰ ਹੁਣ ਇਹ ਕਾਂਗਰਸ ਤੋਂ ਦੂਰ ਜਾ ਚੁੱਕਿਆ ਹੈ ਜੇ ਕਾਂਗਰਸ ਹਾਈ ਕਮਾਂਡ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਦਬਦਬਾ ਘਟਿਆ ਹੋਇਆ ਹੈ ਫਿਰ ਇਹ ਸੰਭਾਵਨਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੀਆਂ ਆਪਣੀਆਂ ਚੰਮ ਦੀਆਂ ਚਰਣਾਣਾ ਚਾਹੁੰਦੇ ਆ ਸ਼ਾਇਦ ਹਾਈ ਕਮਾਂਡ ਨੇ ਅੰਦਰੋਂ-ਅੰਦਰ ਹੀ ਸਰਵੇ ਕਰ ਲਈ ਹੈ ਹਾਈ ਕਮਾਂਡ ਨੇ ਇਹ ਵੇਖ ਲਿਆ ਹੈ ਕਿ ਜੇਕਰ ਸਾਡੇ ਚੁਣੇ ਹੋਏ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਤੇ ਇਹ ਗੱਲ ਦਾ ਜ਼ਿਕਰ ਕਰਦੇ ਆ ਪ੍ਰਸ਼ਾਂਤ ਕਿਸ਼ੋਰ ਨੂੰ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਅਸੀਂ ਪਿੰਡਾਂ ਵਿੱਚ ਨਹੀਂ ਜਾ ਸਕਦੇ ਅਸੀਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਅਸੀਂ ਵਫਾ ਨਹੀਂ ਕੀਤੇ ਤੇ ਫਿਰ ਇਹ ਸੰਕੇਤ ਕੀ ਦਿੰਦੇ ਆ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅਸੀਂ ਚੋਣ ਲੜਦੇ ਆ ਆ ਜਿਹੜੇ ਰੁੱਸੇ ਹੋਏ ਨੇ ਜੇਕਰ ਇਹਨਾਂ ਨੂੰ ਮਨਾ ਕੇ ਦੁਬਾਰਾ ਗੱਲ ਨਾਲ ਲਾਉਂਦੇ ਰਹੀ ਤਾਂ 2022 ਦੀਆਂ ਚੋਣਾਂ ਦੇ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਈ ਨਹੀਂ ਜਾ ਸਕਦੀ ਇਹ ਤਾਂ ਹਾਲੇ ਸਮਾਂ ਦੱਸੇਗਾ ਭਵਿੱਖ ਦੀ ਕੋਖ ਵਿੱਚ ਕੀ ਹੈ ਕਿ ਜੇਕਰ ਰੁੱਸਿਆਂ ਨੂੰ ਵੀ ਮਨਾ ਲਿਆ ਜਾਂਦਾ ਹੈ ਕਿ ਤਾਂ ਦੁਬਾਰਾ ਪੰਜਾਬ ਦੇ ਲੋਕ ਇਹਨਾਂ ਨੂੰ ਇੱਕ ਮੌਕਾ ਹੋਰ ਦੇਣ ਵਾਸਤੇ ਤਿਆਰ ਨੇ ਕਿਉਂਕਿ ਸਾਰੀ ਮੌਜੇ ਖੁੱਲੀ ਫਿਰਦੇ ਆ ਸਾਰਿਆਂ ਨੂੰ ਇਹ ਲੱਗਦਾ ਕਿ ਕਾਂਗਰਸ ਦੀ ਪ੍ਰਧਾਨਗੀ ਵੀ ਮੇਰੇ ਕੋਲ ਹੋਵੇ ਜਾਂ ਮੁੱਖ ਮੰਤਰੀ ਉਪ ਮੁੱਖ ਮੰਤਰੀ ਵੀ ਮੈਂ ਹੋਵਾਂ ਜਾਂ ਜੋ ਮੈਂ ਕਹਿੰਦਾ ਉਸੇ ਤਰੀਕੇ ਨਾਲ ਕੰਮ ਕਾਜ ਹੋਣ ਪਰ ਹਾਈ ਕਮਾਂਡ ਅੰਦਰੋਂ ਅੰਦਰੀ ਆਪਣੇ ਸਰਵੇ ਕਰਵਾ ਚੁੱਕੀ ਐ ਨਵਜੋਤ ਸਿੱਧੂ ਨੂੰ ਗਵਾਉਣਾ ਨਹੀਂ ਚਾਹੁੰਦੀ ਸੁਨੀਲ ਜਾਖੜ ਨੂੰ ਲਾਂਬੇ ਕਰਕੇ ਕਿਸੇ ਦਲਤ ਵਿਅਕਤੀ ਨੂੰ ਪ੍ਰਧਾਨ ਬਣਾ ਕੇ ਦਲਤ ਵੋਟ ਨੂੰ ਵੀ ਗਵਾਉਣਾ ਨਹੀਂ ਚਾਹੁੰਦੀ ਗਵਾਉਣਾ ਕਾਪਨ ਅਮਰਿੰਦਰ ਸਿੰਘ ਨੂੰ ਮਰੀ ਚਾਹੁੰਦੀ ਪਰ ਹੁਣ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕਿੰਨਾ ਆਸਾਨ ਕਿੰਨਾ ਮੁਸ਼ਕਲ ਇਹ ਸਮਾਂ ਦੱਸੇਗਾ ਪਰ ਜਾਣਕਾਰੀ ਮਿਲੀ ਹੈ ਕਿ ਸਾਰੀ ਸਥਿਤੀ ਦੇ ਉੱਤੇ ਹਾਈ ਕਮਾਂਡ ਨੇ ਨਜ਼ਰ ਰੱਖੀ ਹੋਈ ਹੈ ਅਗਲੀ ਖਬਰ ਮਾਂ ਦੇ ਦਿਵਸ ਤੇ ਬਹੁਤ ਵੱਡੀ ਖਬਰ ਹੈ ਭਾਵੇਂ ਮੈਂ ਕੱਲ ਤੁਹਾਨੂੰ ਮੁਬਾਰਕਾਂ ਦੇ ਦਿੱਤੀਆਂ ਸਨ ਪਰ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਅੱਜ ਮਦਰਜ਼ ਡੇ ਮਨਾਇਆ ਜਾ ਰਿਹਾ ਹੈ ਇੱਕ ਵਾਰੀ ਫੇਰ ਤੁਹਾਨੂੰ ਸਭਨਾਂ ਨੂੰ ਮਾਂ ਦਿਵਸ ਦੀ ਮੁਬਾਰਕਵਾਦ ਹੋਵੇ ਪਰ ਮਾਂ ਦਿਵਸ ਵਾਲੇ ਦਿਨ ਕਿਸੇ ਦੀ ਜੇ ਮਾਂ ਚਲੇ ਜਾਵੇ ਜਾਂ ਮਾਂ ਦਾ ਪੁੱਤ ਚਲੇ ਜਾਵੇ ਸੋਚੋ ਕਿ ਉਸ ਪਰਿਵਾਰ ਤੇ ਬੀਤ ਕੀ ਰਹੀ ਹੋਣੀ ਹੈ ਗੁਜ਼ਰ ਕੀ ਰਹੀ ਹੋਣੀ ਹੈ ਜਾਣਕਾਰੀ ਮਿਲੀ ਆ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਪੰਜਾਬ ਬੋਲਦਾ ਦੇ ਵਿੱਚ ਆਪਾਂ ਵਿਸਥਾਰ ਦੇ ਨਾਲ ਵੀਡੀਓ ਸਹਿਤ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਪਰ ਹੁਣ ਇਸੇ ਖਬਰ ਦੀ ਅਪਡੇਟ ਸਰਹੱਦਾਂ ਤੇ ਰਾਖੀ ਕਰ ਰਿਹਾ ਸੀ ਦੇਸ਼ ਦੀ ਪ੍ਰਗਟ ਸਿੰਘ ਸਿਆਚਨ ਦੇ ਵਿੱਚ ਗਲੇਸ਼ੀਅਰ ਤੁਹਾਨੂੰ ਯਾਦ ਹੋਣਾ ਕਿ ਉਹ ਉਹਦੇ ਹੇਠਾਂ ਆ ਗਏ ਸਨ ਕਈ ਜਵਾਨ ਤੇ ਸ਼ਹਾਦਤ ਹੋ ਗਈ ਗੁਰਦਾਸਪੁਰ ਦੇ ਨੇੜੇ ਪਿੰਡਾ ਦਬੁਰਜੀ ਦਬੁਰਜੀ ਦੇ ਰਹਿਣ ਵਾਲੇ ਸਨ ਦੋ ਭੈਣਾਂ ਦੇ ਇਕਲੌਤੇ ਭਰਾ ਉਮਰ ਸਿਰਫ 21 ਬਰੇ ਪ੍ਰਗਟ ਸਿੰਘ ਉਹ ਸ਼ਹਾਦਤ ਦਾ ਜਾਂ ਪੀ ਗਏ ਅਤੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਪ੍ਰਗਟ ਸਿੰਘ ਸਿਆਚਨ ਗਲੇਸ਼ੀਅਰ ਚ ਬਰਫੀਲੇ ਤੂਫਾਨ ਦੌਰਾਨ برف ਦੇ ਹੀਟਾਂ ਦਬੇ ਗਏ ਸੀ 25 ਅਪ੍ਰੈਲ ਨੂੰ ਜ਼ਖਮੀ ਹੋ ਗਏ ਸਨ ਜੋ ਕਿ ਬੀਤੇ ਦਿਨੀ ਸ਼ਹਾਦਤ ਦਾ ਜਾਂਪੀ ਗਏ ਸ਼ਹੀਦੀ ਮਰਤਕ ਦੇ ਨੂੰ ਅੱਜ ਉਹਨਾਂ ਦੇ ਜੱਦੀ ਪਿੰਡ ਲਿਆਂਦਾ ਗਿਆ ਜਿੱਥੇ ਸਰਕਾਰੀ ਸਨਮਾਨਾਂ ਦੇ ਨਾਲ ਪ੍ਰਗਟ ਸਿੰਘ ਦਾ ਸਸਕਾਰ ਕੀਤਾ ਗਿਆ ਇਸ ਮੌਕੇ ਤੇ ਭੈਣਾ ਨੇ ਆਪਣੇ ਇਕਲੌਤੇ ਭਰਾ ਨੂੰ ਪਹਿਲਾਂ ਸੇਹੜਾ ਬੰਨੇ ਆ ਫਿਰ ਅਗਨੀ ਦਿਖਾਈ ਗਈ ਚਿਤਾ ਨੂੰ ਅਗਨੀ ਪ੍ਰਗਟ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਨੇ ਦਿੱਤੀ ਇਸ ਮੌਕੇ ਤੇ ਪੂਰੇ ਇਲਾਕੇ ਵਿੱਚ ਪਿੰਡ ਵਿੱਚ ਸੋਗ ਦੀ ਲਹਿਰ ਸੀ ਜਿੱਥੇ ਪਿੰਡ ਦੇ ਲੋਕ ਪਰਿਵਾਰ ਦੇ ਲੋਕ ਰਿਸ਼ਤੇਦਾਰ ਉਹਨਾਂ ਦੀ ਸ਼ਹਾਦਤ ਤੇ ਮਾਣ ਕਰ ਰਹੇ ਸਨ ਉੱਥੇ ਮਾਹੌਲ ਗਮਗੀਨ ਵੀ ਸੀ ਇਸ ਮੌਕੇ ਤੇ ਕੈਪਟਨ ਦੇ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਵੀ ਪਹੁੰਚੇ ਹੋਏ ਸਨ ਫੌਜ ਦੀ ਟੁਕੜੀ ਦੇ ਵੱਲੋਂ ਸ਼ਹੀਦ ਪ੍ਰਗਟ ਸਿੰਘ ਨੂੰ ਸਲਾਮੀ ਵੀ ਦਿੱਤੀ ਗਈ ਇਸ ਮੌਕੇ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਹ ਜਵਾਨ ਸ਼ਹੀਦ ਹੋ ਗਿਆ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਸਾਨੂੰ ਦੁੱਖ ਹੈ ਪਰ ਨਾਲ ਮਾਣ ਵੀ ਹੈ ਕਿ ਉਹ ਸਾਡੇ ਇਲਾਕੇ ਦਾ ਨੌਜਵਾਨ ਸੀ ਜਿਸ ਨੇ ਮੁਲਕ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪਰਿਵਾਰ ਨੂੰ 50 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਏਗੀ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਉਹਨਾਂ ਦੱਸਿਆ ਕਿ ਪਿੰਡ ਵਿੱਚ ਸ਼ਹੀਦ ਦੀ ਯਾਦਗਾਰ ਵੀ ਬਣਾਈ ਜਾਏਗੀ ਅਤੇ ਪਰਿਵਾਰ ਦੀ ਹਰ ਤਰ੍ਹਾਂ ਮਦਦ ਵੀ ਕੀਤੀ ਜਾਵੇਗੀ ਇਸ ਮੌਕੇ ਤੇ ਜਿਹੜਾ ਵਿਰਲਾਪ ਹੋ ਰਿਹਾ ਸੀ ਨਾ ਉਹ ਵੇਖਿਆ ਨਹੀਂ ਸੀ ਜਾ ਰਿਹਾ ਸ਼ਹੀਦ ਦੀ ਭੈਣ ਕਿਰਨਦੀਪ ਨੇ ਕਿਹਾ ਕਿ ਉਹਨਾਂ ਨੂੰ ਦੁੱਖ ਵੀ ਹੈ ਮਾਣ ਵੀ ਹੈ ਕਿ ਉਹਨਾਂ ਦਾ ਇਕਲੌਤਾ ਭਰਾ ਮੁਲਕ ਵਾਸਤੇ ਕੁਰਬਾਨ ਹੋਇਆ ਹੈ ਉਹਨਾਂ ਕਿਹਾ ਕਿ ਉਹਦਾ ਭਰਾ ਅਖੀਰਵਾਰ ਜਾਂਦਾ ਹੋਇਆ ਕਹਿ ਕੇ ਗਿਆ ਸੀ ਕਿ ਉਸਦੀ ਬੇਟੀ ਲਈ ਸਾਈਕਲ ਲੈ ਕੇ ਆਵੇਗਾ ਪਰ ਸਾਈਕਲ ਨਹੀਂ ਚੰਦਰਾ ਲੈ ਕੇ ਆਇਆ ਆਪ ਵੀ ਤੁਰ ਕੇ ਨਹੀਂ ਆਇਆ ਗੱਡੀ ਤੇ ਬਹਿ ਕੇ ਆਇਆ। ਮੁਲਕ ਵਾਸਤੇ ਕੁਰਬਾਨ ਹੋ ਗਿਆ। ਮਨ ਉਹਨਾਂ ਦਾ ਭਰਿਆ ਹੋਇਆ ਸੀ ਤੇ ਆਪਣੇ ਭਰਾ ਨੂੰ ਉਹਨਾਂ ਨੇ ਸੇਹਰਾ ਬਣ ਕੇ ਆਖਰੀ ਵਿਦਾ ਆਖੀ ਸੀ। ਹੁਣ ਇਹ ਮਾਰ ਕਰਨ ਵਾਲੀ ਗੱਲ ਤੇ ਹੈ। ਪਰ 21 ਵਰਿਆਂ ਦੇ ਪੁੱਤ ਨੂੰ ਤੋੜਨਾ ਸੁਖਾਲਾ ਨਹੀਂ। ਬੀਤੇ ਦਿਨਾਂ ਦੇ ਵਿੱਚ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਦੋ ਹੋਰ ਜਵਾਨ ਇਹਨਾਂ ਦੇ ਨਾਲ ਹੀ ਸੀ ਜਿਹੜੇ ਉਸੇ ਗਲੇਸ਼ੀਅਰ ਦੇ ਹੇਠਾਂ ਏ ਸੀ। ਇੱਕ ਬਰਨਾਲੇ ਦਾ ਸੀ ਤੇ ਦੂਸਰਾ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਸੀ ਤੇ ਇਹ ਤੀਸਰੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਸਨ। ਹਾਈਪੋਥਰਮੀਆ ਕਿਉਂਕਿ ਠੰਡ ਨਾਲ ਸਭ ਕੁਝ ਜੰਮ ਜਾਂਦਾ ਹੈ। ਇਹ ਵੀ ਹਾਈਪੋਥਰਮੀਆ ਦੇ ਸ਼ਿਕਾਰ ਹੋਏ। ਉਸੇ ਦਿਨ ਤੋਂ ਜਿਹੜਾ ਹਸਪਤਾਲ ਫੌਜੀਆਂ ਦਾ ਸੀ। ਚੰਡੀਗੜ੍ਹ ਦੇ ਨਾਲ ਚੰਡੀਮੰਦਰ ਉੱਥੇ ਇਲਾਜ ਚੱਲ ਰਿਹਾ ਸੀ। ਪਰ ਆਖਰਕਾਰ ਜ਼ਿੰਦਗੀ ਦੀ ਜੰਗ ਹਾਰ ਗਏ। ਸ਼ਹੀਦ ਦੇ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਹੈ। ਅਗਲੀ ਜਿਹੜੀ ਖਬਰ ਹੈ ਇਹ ਵੀ ਮੰਦ ਭਾਗੀ ਜੀ ਖਬਰ ਹੈ। ਟਿਕਰੀ ਸਰਹੱਦ ਤੇ ਮਿਲੀ ਆ ਖਬਰ ਇਹ। ਕਿਸਾਨ ਮੋਰਚਾ ਚੱਲ ਰਿਹਾ ਸੰਘਰਸ਼ ਚੱਲ ਰਿਹਾ ਹੈ। ਜਾਣਕਾਰੀ ਮਿਲਿਆ ਕਿ ਪੱਛਮੀ ਮੰਗਾਲ ਤੋਂ ਇਸ ਮੋਰਚੇ ਵਿੱਚ ਹਿੱਸਾ ਲੈਣ ਵਾਸਤੇ ਉੱਥੇ ਇੱਕ ਮਹਿਲਾ ਆਈ ਹੋਈ ਸੀ ਤੇ ਉਹਦੇ ਨਾਲ ਜ਼ਬਰਜਨਾ ਦਾ ਮਾਮਲਾ ਸਾਹਮਣੇ ਆਇਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਸਾਰੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਇਹਨਾਂ ਵਿੱਚ ਡਾਕਟਰ ਦਰਸ਼ਨਪਾਲ ਰਾਜੇਵਾਲ ਸਾਹਿਬ ਬਾਕੀ ਜਿੰਨੇ ਵੀ ਕਿਸਾਨ ਲੀਡਰ ਨੇ ਸਾਰਿਆਂ ਦੇ ਨਾਲ ਪੀੜਿਤ ਪਰਿਵਾਰ ਦੇ ਨਾਲ ਖੜੇ ਹੋਣ ਦਾ ਐਲਾਨ ਕਰ ਦਿੱਤਾ ਹੈ ਦੱਸਣਾ ਬਣਦਾ ਹੈ ਕਿ ਕਿਸਾਨ ਸੋਸ਼ਲ ਆਰਮੀ ਦੇ ਨਾਂ ਨਾਲ ਸੰਗਠਨ ਹੈ ਜਿਹਦੇ ਨਾਲ ਇਹ ਮੋਰਚੇ ਦੇ ਵਿੱਚ ਔਰਤ ਆਈ ਹੋਈ ਸੀ ਜਿਸ ਨੂੰ ਬਿਮਾਰ ਹੋਣ ਤੋਂ ਬਾਅਦ 25 26 ਦੀ ਦਰਮਿਆਨੀ ਰਾਤ ਹਸਪਤਾਲ ਦੇ ਵਿੱਚ ਭੜਤੀ ਕਰਵਾਇਆ ਗਿਆ ਮੌਤ ਤੋਂ ਬਾਅਦ ਇਸ ਮਹਿਲਾ ਦੀ ਰਿਪੋਰਟ ਪਤਾ ਲੱਗਾ ਕਿ ਪੋਜ਼ਿਟਿਵ ਆਈ ਪਰ ਹੁਣ ਇਸ ਔਰਤ ਦੇ ਇਸ ਮਹਿਲਾ ਦੇ ਪਿਤਾ ਨੇ ਬਹਾਦਰਗੜ੍ਹ ਥਾਣੇ ਦੇ ਵਿੱਚ ਇੱਕ ਰਿਪੋਰਟ ਦਰਜ ਕਰਵਾਈ ਹੈ ਕਿ ਉਹਨਾਂ ਦੀ ਧੀ ਦੇ ਨਾਲ ਬੰਗਾਲ ਤੋਂ ਹੀ ਆਏ ਕੁਝ ਵਿਅਕਤੀ ਨੇ ਜ਼ਬਰਦਸਤ ਕੀਤਾ ਹੈ ਆਤਮ ਨਿੰਦਣਜੋ ਘਟਨਾ ਹੈ ਪਰ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਲੀਡਰਾਂ ਨੇ ਇਸ ਘਟਨਾ ਦੀ ਜਥੇ ਨਿੰਦਿਆ ਕੀਤੀ ਹੈ ਤੇ ਉਥੇ ਇਸ ਮਹਿਲਾ ਦੇ ਪਰਿਵਾਰ ਦੇ ਨਾਲ ਡਟਣ ਦਾ ਅਹਦ ਲਿਆ ਉਹਨਾਂ ਨੇ ਇਹ ਵੀ ਆਖਿਆ ਕਿ ਇਸ ਤਰ੍ਹਾਂ ਦੇ ਅਨਸਰਨ ਬਖਸ਼ਿਆ ਨਹੀਂ ਜਾਣਾ ਚਾਹੀਦਾ ਸੋ ਆਪਣੇ ਆਪ ਦੇ ਵਿੱਚ ਆਤਮ ਨਿੰਦਣਯੋਗ ਘਟਨਾ ਹੈ ਦੋਸਤੋ ਇਹ ਅੱਜ ਦਾ ਪ੍ਰੋਗਰਾਮ ਸੀ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ सत श्री अकाल तेरा बराखा